ਸੰਗਰਾਂਦ ਨਵੀਂ ਰੁੱਤ ਦੀਆਂ ਨਵੀਆਂ ਪੈੜਾਂ ਰੁੱਤਾਂ ਵਾਂਗੂੰ ਬਦਲਦੇ ਰਿਸ਼ਤਿਆਂ ਦੀ ਕਹਾਣੀ ਸੰਗਰਾਂਦ ਸੰਗਰਾਂਦ ਫਿਲਮ ਇੱਕ ਐਕਸ਼ਨ ਫਿਲਮ ਹੈ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ, ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਫਿਲਮ ਦੀ ਡਾਇਰੈਕਸ਼ਨ ਬਾਰੇ। ਸੰਗਰਾਂਦ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਇੰਦਰਪਾਲ ਸਿੰਘ ਅਤੇ ਫਿਲਮ ਦੀ ਕਹਾਣੀ ਵੀ ਇੰਦਰਪਾਲ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਫਿਲਮ ਦੇ ਸਿਨੇਮਾਟੋਗ੍ਰਾਫਰ ਨੇ ਬਰਿੰਦਰ ਸਿੱਧੂ ਅਤੇ ਫਿਲਮ ਦੇ ਐਕਸ਼ਨ ਡਾਇਰੈਕਟਰ ਨੇ ਕੇ ਗਣੇਸ਼, ਜਿਨ੍ਹਾਂ ਨੇ ਬਹੁਤ ਹੀ ਸਾਊਥ ਦੀਆਂ ਫਿਲਮਾਂ ਦੇ ਵਿੱਚ ਐਕਸ਼ਨ ਸੀਨ ਫਿਲਮਾਏ ਨੇ ਅਤੇ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਰਿਥੂ ਸਿੰਘ ਚੀਮਾ ਅਤੇ ਕਰਨਪਾਲ ਸਿੰਘ। ਹੁਣ ਗੱਲ ਕਰਦੇ ਹਾਂ ਫਿਲਮ ਦੀ ਸਟਾਰਕਾਸਟ ਬਾਰੇ। ਸੰਗਰਾਂਦ ਫਿਲਮ ਦੇ ਵਿੱਚ ਲੀਡ 'ਤੇ ਨਜ਼ਰ ਆਉਣਗੇ ਗੈਬੀ ਚਾਲ, ਇਹਨਾਂ ਦੇ ਨਾਲ ਹੋਣਗੇ ਸ਼ਰਨ ਕੌਰ, ਸਰਦਾਰ ਸੋਹੀ, ਸ਼ਵਿੰਦਰ ਮਾਲ, ਯਾਦ ਗਰੇਵਾਲ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਪੰਗੂ, ਮਹਾਂਵੀਰ ਭੁੱਲਰ, ਜਪਨਜੋਤ ਕੌਰ, ਸੰਜੂ ਸੋਲੰਕੀ, ਰੁਪਿੰਦਰ ਰੂਪੀ, ਕਮਲਪ੍ਰੀਤ ਨਾਜ਼ਮ, ਨੀਟੂ ਬੰਧੇਰ, ਲੱਖਾ ਲਹਿਰੀ, ਸਤਵੰਤ ਕੌਰ, ਰਾਜ ਧਾਲੀਵਾਲ, ਗੋਬਿੰਦਾ ਸਰਦਾਰ, ਨੀਟਾ ਤੂੰਬੜਪਨ, ਅੰਗਰੇਜ਼ ਮੰਨਣ, ਸਰਬਜੀਤ ਸਿੱਧੂ, ਸੁਲੱਖਣ ਅਟਵਾਲ, ਸੀ ਬੀ ਹੰਸ ਅਤੇ ਜਸ ਮੰਗੇੜਾ ਅਤੇ ਹੋਰ ਵੀ ਕਈ ਅਦਾਕਾਰ ਫਿਲਮ ਦੇ ਵਿੱਚ ਆਪਣੀ ਅਦਾਕਾਰੀ ਕਰਦੇ ਨਜ਼ਰ ਆਉਣਗੇ। ਅਤੇ ਇਹ ਫਿਲਮ 22 ਮਾਰਚ 2024 ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ। ਹੋਰ ਅਪਡੇਟ ਲਈ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ। ਥੈਂਕ ਯੂ ਸੋ ਮੱਚ। JD Films।